ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ। ਸੋ ਅੱਜ ਦੀ ਵੀਡੀਓ ਵਿੱਚ ਮੈਂ ਇੱਕ ਪਾਊਡਰ ਬਣਾਉਣ ਲੱਗੀ ਹਾਂ ਜੋ ਕਿ ਅੱਖਾਂ ਵਾਸਤੇ, ਅੱਖਾਂ ਦੀ ਰੋਸ਼ਨੀ ਵਾਸਤੇ ਬਹੁਤ ਵਧੀਆ ਹੁੰਦਾ ਆ, ਔਰ ਵੈਸੇ ਵੀ ਸਰੀਰ ਨੂੰ ਜਿਹੜਾ ਉਹ ਤਾਕਤ ਦਿੰਦਾ ਆ। ਸੋ ਇਹਦੇ ਵਾਸਤੇ ਮੈਂ 4 ਮਗਜ ਲਏ ਆ, ਘੀਏ ਦੇ, ਖੀਰੇ ਦੇ, ਖਰਬੂਜੇ ਦੇ ਤੇ ਹਦਵਾਣੇ ਦੇ ਬੀ ਹੁੰਦੇ ਆ, ਚਾਰੇ ਜਿਹੜੇ ਮਗਜ ਹੁੰਦੇ ਆ, ਤੇ ਇਹਨਾਂ ਨੂੰ ਮਿਕਸ ਕਰਕੇ ਕਹਿੰਦੇ ਆ ਚਾਰੇ ਮਗਜ। ਤੁਸੀਂ ਇਕੱਲੇ ਇਕੱਲੇ ਵੀ ਇਹਨਾਂ ਨੂੰ ਲੈ ਸਕਦੇ ਹੋ, ਬਟ ਅਸੀਂ ਜਿਹੜੇ ਚਾਰੇ ਮਗਜ ਲੈਣੇ ਆ। ਸੋ ਨਾਲ ਲਈ ਆ ਹਰੀ ਸੌਂਫ ਜੋ ਕਿ ਠੰਡੀ ਹੁੰਦੀ ਆ ਤੇ ਖੂਨ ਨੂੰ ਸਾਫ਼ ਕਰਦੀ ਆ। ਇਹਦੇ ਨਾਲ ਲਈ ਆ ਧਾਗੇ ਵਾਲੀ ਮਿਸ਼ਰੀ, ਤੇ ਨਾਲ ਲਈ ਆ ਖਸਖਾਸ, ਤੇ ਨਾਲ ਹੀ ਲਏ ਆ ਬਦਾਮ। ਇਹ ਜਿਹੜੀਆਂ 5 ਚੀਜ਼ਾਂ ਆ ਨਾ, ਇਹ ਮੈਂ ਬਰਾਬਰ ਮਾਤਰਾ ਵਿੱਚ ਲਈਆਂ ਆ, ਮਤਲਬ ਕਿ ਇਹਨਾਂ ਸਾਰਿਆਂ ਦਾ ਜਿਹੜਾ ਵੇਟ ਆ ਉਹ ਆ 50 ਗ੍ਰਾਮ। ਬਾਕੀ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਵੀ ਲੈ ਸਕਦੇ ਹੋ, ਵੱਧ ਘੱਟ ਵੀ ਲੈ ਸਕਦੇ ਹੋ। ਇਸ ਦੇ ਨਾਲ ਹੀ ਮੈਂ ਲਈ ਆ 1 ਚਮਚ ਕਾਲੀ ਮਿਰਚ। ਕਾਲੀ ਮਿਰਚ ਵੀ ਤੁਸੀਂ ਵੱਧ ਘੱਟ ਲੈ ਸਕਦੇ ਹੋ, ਮੈਂ ਸਿਰਫ 1 ਚਮਚ ਲਈ ਆ ਕਿਉਂਕਿ ਬੱਚਿਆਂ ਨੇ ਖਾਣਾ ਆ ਤੇ ਫਿਰ ਗਲੇ ਨੂੰ ਲੱਗਦੀ ਆ, ਤੇ ਕਈ ਵਾਰੀ ਬੱਚੇ ਫਿਰ ਜਿਹੜੇ ਆ ਉਹ ਨਹੀਂ ਖਾਂਦੇ। ਸੋ ਸਭ ਤੋਂ ਪਹਿਲਾਂ ਮੈਂ ਸੌਂਫ ਤੇ ਜਿਹੜੀ ਖਸਖਾਸ ਆ ਇਹਨੂੰ ਲਵਾਂਗੀ ਭੁੰਨ, ਤੇ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਗੈਸ ਔਨ ਕੀਤਾ ਆ, ਤੇ ਗੈਸ ਦੇ ਉੱਤੇ ਜਿਹੜਾ ਉਹ ਰੱਖਿਆ ਫਰਾਈ ਪੈਨ। ਇਹਨਾਂ ਦੋਨਾਂ ਚੀਜ਼ਾਂ ਨੂੰ ਜਿਹੜਾ ਆ ਘੱਟ ਫਲੇਮ ਦੇ ਉੱਤੇ ਹੀ ਜਿਹੜਾ ਆ ਰੋਸਟ ਕਰਨਾ ਆ। ਜਦੋਂ ਹਲਕੀ ਜਿਹੀ ਸਮੈਲ ਆਉਣੀ ਸ਼ੁਰੂ ਹੋ ਜਾਵੇ ਉਦੋਂ ਜਿਹੜਾ ਆ ਇਹਦਾ ਗੈਸ ਜਿਹੜਾ ਆਫ ਕਰ ਦੇਣਾ ਆ। ਖਸਖਾਸ ਤੇ ਸੌਂਫ ਦੋਨੋਂ ਮੈਂ ਭੁੰਨ ਲਈਆਂ ਆ। ਇਹਨਾਂ ਨੂੰ ਸਭ ਤੋਂ ਪਹਿਲਾਂ ਕਰ ਲਵਾਂਗੀ ਠੰਡਾ। ਇਹਨਾਂ ਨੂੰ ਭੁੰਨਣ ਦਾ ਮੇਨ ਜਿਹੜਾ ਮਕਸਦ ਇਹੀ ਆ ਕਿ ਜਦੋਂ ਅਸੀਂ ਇਹਨੂੰ ਮਿਕਸੀ ਵਿੱਚ ਗ੍ਰਾਇੰਡ ਕਰਾਂਗੇ ਤੇ ਆਸਾਨੀ ਨਾਲ ਜਿਹੜੀ ਆ ਗ੍ਰਾਇੰਡ ਹੋ ਜਾਂਦੀ ਆ। ਇਹਨੂੰ ਅਸੀਂ ਕੁੰਡੇ ਡੰਡੇ ਨਾਲ ਵੀ ਕੁੱਟ ਸਕਦੇ ਹਾਂ, ਬਟ ਅੱਜ ਕੱਲ੍ਹ ਤੁਹਾਨੂੰ ਪਤਾ ਆ ਕਿ ਮਿਕਸੀ ਆ, ਤੇ ਮਿਕਸੀ ਵਿੱਚ ਜਦੋਂ ਅਸੀਂ ਪੀਸਦੇ ਹਾਂ ਥੋੜਾ ਫਾਈਨ ਜਿਹੜਾ ਦਾ ਪਾਊਡਰ ਬਣ ਜਾਂਦਾ ਆ। ਸੋ ਜਿਹੜੀ ਖਸਖਾਸ ਤੇ ਸੌਂਫ ਠੰਡੀ ਹੋ ਗਈ ਸੀਗੀ, ਸਭ ਤੋਂ ਪਹਿਲਾਂ ਮੈਂ ਜਿਹੜਾ ਖਸਖਾਸ ਤੇ ਸੌਂਫ ਨੂੰ ਪੀਸ ਲਵਾਂਗੀ। ਖਸਖਾਸ ਤੇ ਸੌਂਫ ਨੂੰ ਮੈਂ ਪੀਸ ਕੇ 1 ਥਾਲੀ ਵਿੱਚ ਕੱਢ ਲਿਆ ਆ, ਤੇ ਬਾਕੀ ਜਿਹੜੀਆਂ ਚੀਜ਼ਾਂ ਆ ਬਦਾਮ, 4 ਮਗਜ, ਕਾਲੀ ਮਿਰਚ ਤੇ ਮਿਸ਼ਰੀ, ਇਹਨਾਂ 4 ਚੀਜ਼ਾਂ ਨੂੰ ਵੀ ਮੈਂ ਜਿਹੜਾ ਉਹ ਮਿਕਸੀ ਵਿੱਚ ਪਾ ਕੇ ਪੀਸ ਲੈਣਾ ਆ। ਇਹਦੇ ਵਿੱਚ ਤੁਸੀਂ ਜਿਹੜਾ ਆ ਉਹ ਸੁੱਕਾ ਧਨੀਆ ਵੀ ਪਾ ਸਕਦੇ ਹੋ ਜੋ ਕਿ ਅੱਖਾਂ ਵਾਸਤੇ ਬਹੁਤ ਵਧੀਆ ਹੁੰਦਾ ਆ ਤੇ ਠੰਡਾ ਹੁੰਦਾ ਆ। ਸੋ ਮੈਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਪੀਸ ਲਿਆ ਆ, ਤੇ ਹੁਣ ਮੈਂ ਇੱਕ ਭਾਂਡੇ ਵਿੱਚ ਕੱਢ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ। ਇਹਦੇ ਵਿੱਚ ਤੁਸੀਂ ਜਿਹੜਾ ਸੁੱਕਾ ਧਨੀਆ ਵੀ ਪਾ ਸਕਦੇ ਹੋ ਜੋ ਕਿ ਠੰਡਾ ਹੁੰਦਾ ਆ ਤੇ ਅੱਖਾਂ ਵਾਸਤੇ ਵਧੀਆ ਹੁੰਦਾ ਆ। ਮੈਂ ਜਿਹੜਾ ਬਣਾਇਆ ਸੀ ਆਪਣੇ ਬੱਚਿਆਂ ਵਾਸਤੇ ਉਹਦੇ ਵਿੱਚ ਮੈਂ ਜਿਹੜਾ ਆ ਸੁੱਕਾ ਨਾਰੀਅਲ ਗ੍ਰੇਟ ਕਰਕੇ ਪਾਇਆ ਸੀਗਾ। ਸੋ ਅੱਜ ਮੈਂ 3ਰੀ ਵਾਰੀ ਬਣਾਉਣ ਲੱਗੀ ਹਾਂ, ਇਹ ਮੈਂ ਆਪਣੇ ਕਿਸੇ ਰਿਲੇਟਿਵ ਵਾਸਤੇ ਬਣਾਉਣ ਲੱਗੀ ਹਾਂ। ਉਹਨਾਂ ਨੇ ਅੱਖਾਂ ਦਾ ਓਪਰੇਸ਼ਨ ਕਰਵਾਇਆ ਆ, ਇਸ ਵਾਸਤੇ ਇਹਨੂੰ ਕੋਈ ਵੀ ਖਾ ਸਕਦਾ ਆ। ਜਿਹਨਾਂ ਬੱਚਿਆਂ ਦੀਆਂ ਆਈਸਾਈਟ ਵੀਕ ਆ ਉਹ ਵੀ ਖਾ ਸਕਦੇ ਆ, ਤੇ ਜਿਹਨਾਂ ਨੇ ਅੱਖਾਂ ਦਾ ਓਪਰੇਸ਼ਨ ਕਰਵਾਇਆ ਆ ਉਹ ਵੀ ਖਾ ਸਕਦੇ ਆ। ਹਰ ਏਜ ਦਾ ਜਿਹੜਾ ਇਨਸਾਨ
ਖਾਣਾ ਇਹਨੂੰ ਖਾ ਸਕਦਾ ਆ। ਜਿਹੜੇ ਸ਼ੂਗਰ ਦੇ ਮਰੀਜ਼ ਆ ਉਹ ਵੀ ਖਾ ਸਕਦੇ ਆ ਕਿਉਂਕਿ ਇਹਦੇ ਵਿੱਚ ਮਿਸ਼ਰੀ ਪਾਈ ਹੋਈ ਆ, ਤੇ ਜਿਹੜੇ ਹਾਈ ਬਲੱਡ ਪ੍ਰੈਸ਼ਰ ਵਾਲੇ ਆ ਉਹ ਵੀ ਖਾ ਸਕਦੇ ਆ। ਬਸ ਤੁਸੀਂ ਆਪਣੇ ਦੇਖ ਲਓ ਕਿ ਤੁਹਾਡੀ ਬੋਡੀ ਜਿਹੜੀ ਆ ਉਹ ਕਿਵੇਂ ਰਿਐਕਟ ਕਰਦੀ ਆ। ਸੋ ਇੱਕ ਬਹੁਤ ਹੀ ਵਧੀਆ ਨੁਸਖਾ ਆ, ਬਹੁਤ ਹੀ ਪੁਰਾਣਾ ਨੁਸਖਾ ਆ। ਸਾਡੇ ਜਿਹੜੇ ਮੰਮੀ ਆ ਉਹ ਸਾਨੂੰ ਇਹੀ ਦਿੰਦੇ ਹੁੰਦੇ ਸੀ, ਬਚਪਨ ਤੋਂ ਬਣਾ ਕੇ ਦਿੰਦੇ ਹੁੰਦੇ ਸੀਗੇ। ਸੋ ਜਿਹੜਾ ਮੈਂ ਹੁਣ ਬਣਾਇਆ ਆ ਉਹ ਤੇ ਮੈਂ ਇੱਕ ਡੱਬੇ ਵਿੱਚ ਰੱਖ ਦਿੱਤਾ, ਤੇ ਬਲੂ ਵਾਲਾ ਜਿਹੜਾ ਆ ਇਹ ਮੈਂ ਆਪਣੇ ਬੇਟੇ ਲਈ ਬਣਾਇਆ ਸੀਗਾ। ਇਹਦੇ ਵਿੱਚ ਮੈਂ ਨਾਰੀਅਲ ਗ੍ਰੇਟ ਕਰਕੇ ਪਾਇਆ ਆ। ਇਹਨੂੰ ਤੁਸੀਂ ਸਵੇਰ ਦੇ ਟਾਈਮ ਵੀ ਖਾ ਸਕਦੇ ਹੋ, ਸ਼ਾਮ ਦੇ ਟਾਈਮ ਵੀ, ਬਟ ਸਭ ਤੋਂ ਬੈਟਰ ਇਹ ਆ ਕਿ ਤੁਸੀਂ ਸਵੇਰ ਦੇ ਟਾਈਮ ਦੁੱਧ ਦੇ ਨਾਲ ਜਿਹੜਾ ਆ ਉਹ ਅੱਧਾ ਚਮਚਾ ਜਾਂ ਇੱਕ ਚਮਚਾ ਜਿਹੜਾ ਉਹ ਖਾਓ। ਖਾਣ ਵਿੱਚ ਬਹੁਤ ਹੀ ਟੇਸਟੀ ਹੁੰਦਾ ਆ। ਸੋ ਮੈਂ ਜਿਹੜਾ ਆ ਉਹ ਵੀ ਦੁੱਧ ਦੇ ਨਾਲ ਜਿਹੜਾ ਆਪਣੇ ਬੱਚਿਆਂ ਨੂੰ ਦਊਂਗੀ। ਸੋ ਟਰਾਈ ਜ਼ਰੂਰ ਕਰਕੇ ਵੇਖਿਓ। ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਥੈਂਕ ਯੂ।